ਵੱਡਾ ਸਵਾਲ ਇਹ ਹੈ ਕਿ 26 ਤਰੀਕ ਨੂੰ ਫਿਰ ਐਕਸਪੈਕਟਡ ਹੈ ਕਿ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਨਮੀ ਨੂੰ ਲੈ ਕੇ ਕਿਸਾਨ ਬੜਾ ਚਿੰਤਤ ਹੈ, ਕਹਿ ਰਿਹਾ ਪਿਛਲੇ ਦਿਨਾਂ 'ਚ ਮੀਂਹ ਪੈਂਦਾ ਰਿਹਾ, 12% ਹੈ, 14% ਕਰ ਦਿੱਤੀ ਜਾਵੇ। ਆੜ੍ਹਤੀ ਆਪਣੇ ਆਪਣੇ ਫਾਰਮਰ ਨੂੰ ਕਾਲ ਕਰਦਾ ਜਾਂ ਉਹਨੂੰ ਡੇ ਵਾਈਜ਼ ਜੇ ਪਾਸਸ ਇਸ਼ੂ ਕੀਤੇ ਜਾਂਦੇ, ਮੇਰੇ ਖਿਆਲ ਇਸ ਦਾ ਪਹਿਲਾਂ ਵਿਚਾਰ ਵੀ ਸ਼ਾਇਦ ਹੋਇਆ। ਇਹ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਫਾਰਮਰ ਦੀ ਵੀ ਉਨੀ ਜ਼ਿੰਮੇਵਾਰੀ ਹੈ, ਆੜ੍ਹਤੀ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਸੋਸ਼ਲ ਡਿਸਟੈਂਸਿੰਗ ਵੀ ਰੱਖੀਏ। ਪਰ ਮਿਨਿਸਟਰ ਸਾਹਿਬ ਦੀ ਤਸਵੀਰ ਜ਼ਰੂਰ ਆਈ ਸੀਗੀ ਖੰਨਾ ਦੀ ਮੰਡੀ ਦੇ ਵਿੱਚ ਜਦੋਂ ਗਏ ਹੈ, ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਵੀ ਐਗਜ਼ਾਮਪਲ ਲੀਡ ਕਰਨਾ ਚਾਹੀਦਾ? ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਿਮਰਨਜੋਤ ਸਿੰਘ। ਪੰਜਾਬ ਦੀਆਂ ਮੰਡੀਆਂ ਦੇ ਹਾਲਾਤ ਲੈ ਕੇ ਤੁਹਾਡੇ ਤੱਕ ਹਾਜ਼ਰ ਹਾਂ, ਹਰ ਉਸ ਸਵਾਲ ਦਾ ਜਵਾਬ ਲਵਾਂਗੇ ਜੋ ਕਿਸਾਨ ਔਰ ਪੰਜਾਬ ਦੇ ਲੋਕ ਸੋਚ ਰਹੇ ਹੈ। ਕਈ ਥਾਵਾਂ ਤੋਂ ਖਬਰਾਂ ਆ ਰਹੀਆਂ ਕਿ ਲਿਫਟਿੰਗ ਨਹੀਂ ਹੋ ਰਹੀ, ਕਈ ਲੋਕ 26 ਤਰੀਕ ਨੂੰ ਪੈਣ ਵਾਲੇ ਮੀਂਹ ਨੂੰ ਲੈ ਕੇ ਚਿੰਤਤ ਨੇ। ਸਾਡੇ ਨਾਲ ਰਵੀ ਭਗਤ ਜੀ ਮੌਜੂਦ ਨੇ, ਪੰਜਾਬ ਮੰਡੀ ਬੋਰਡ ਦੇ ਸੈਕਟਰੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੁਣ ਤੱਕ, ਕਿਉਂਕਿ ਕਈ ਥਾਂ ਤੋਂ ਇਹ ਖਬਰਾਂ ਕਿ ਲਿਫਟਿੰਗ ਦੀ ਕੁਝ ਪ੍ਰੋਬਲਮ ਆ ਰਹੀ ਹੈ? ਮੰਡੀ ਬੋਰਡ ਦੇ ਜਿਹੜੇ ਇੰਤਜ਼ਾਮਾਤ ਸੀਗੇ, ਅਸੀਂ 1800 ਸਾਡੇ ਸੈਂਟਰ ਹੁੰਦੇ ਸੀ ਜੋ ਪਹਿਲਾਂ ਬੰਦੇ ਹੁੰਦੇ ਸੀ, ਹੁਣ ਅਸੀਂ 4000 ਸੈਂਟਰ ਇਸ ਵਾਰੀ ਬਣਾਏ ਹੈ ਕੋਵਿਡ ਦੇ ਮੱਦੇਨਜ਼ਰ, ਕਿਉਂਕਿ ਸੋਸ਼ਲ ਡਿਸਟੈਂਸਿੰਗ ਬਹੁਤ ਜ਼ਰੂਰੀ ਹੈ। ਇਸ ਦੇ ਮੱਦੇਨਜ਼ਰ ਅਸੀਂ 30x30 ਫੁੱਟ ਦੇ ਖਾਨੇ ਲਾਏ ਹਰ ਮੰਡੀਆਂ ਦੇ ਵਿੱਚ, ਸਾਡੇ 3 ਲੱਖ ਖਾਨੇ ਬਣੇ ਹੈਗੇ ਜਿੱਥੇ ਅਸੀਂ ਇਹ ਇੰਸ਼ੋਰ ਕੀਤਾ ਕਿ ਫਾਰਮਰ ਕਿੱਥੇ ਖੜ੍ਹਾ ਹੋਏਗਾ ਅਤੇ ਉਹਦਾ ਪੱਖਾ ਕਿੱਥੇ ਲੱਗੇਗਾ, ਤਾਂ ਕਿ 6 ਮੀਟਰ ਦੀ ਦੂਰੀ ਬਣਾਈ ਰੱਖੀ ਜਾ ਸਕੇ। ਅਤੇ ਇਹਦੇ ਨਾਲ ਨਾਲ ਅਸੀਂ ਸੈਨੇਟਾਈਜ਼ਰ ਪ੍ਰੋਵਾਈਡ ਕਰਾਏ, ਮਾਸਕ ਪ੍ਰੋਵਾਈਡ ਕਰਾਏ ਹੋਏ ਹੈ ਜਿਹੜੇ ਸਾਡੇ ਮੁਲਾਜ਼ਮ ਉੱਥੇ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਕੀਤੇ, ਤਾਂ ਕਿ ਕੋਵਿਡ ਤੋਂ ਬਚਿਆ ਜਾ ਸਕੇ। ਮੇਨ ਮੰਸ਼ਾ ਇਹ ਸੀ ਕੋਵਿਡ ਤੋਂ ਕਿੱਦਾਂ ਬਚਿਆ ਜਾ ਸਕੇ। ਇਸ ਦੇ ਨਾਲ ਅਸੀਂ ਟੋਕਨ ਸਿਸਟਮ ਸ਼ੁਰੂ ਕੀਤਾ, ਤਾਂ ਕਿ ਜਿਹੜਾ ਫਾਰਮਰ ਹੈਗਾ ਜਦੋਂ ਆਏ ਉਸੇ ਦਿਨ ਉਹਦਾ ਨਿਪਟਾਰਾ ਹੋ ਜਾਵੇ, ਉਹ ਆਪਣਾ ਫਸਲ ਦੇ ਕੇ ਪ੍ਰਕਿਉਰਮੈਂਟ ਕੰਪਲੀਟ ਹੋ ਕੇ ਘਰ ਉਸੇ ਦਿਨ ਚਲੇ ਜਾਵੇ। ਨਹੀਂ ਤਾਂ ਪਹਿਲਾਂ ਉਹਨੂੰ 4 ਤੋਂ 5 ਦਿਨ ਕਈ ਵਾਰੀ ਬਹਿਣਾ ਪੈਂਦਾ ਹੁੰਦਾ ਸੀ ਜਾਂ 3 ਦਿਨ ਬਹਿਣਾ ਪੈਂਦਾ ਹੁੰਦਾ ਸੀ। ਲਿਫਟਿੰਗ ਤੁਸੀਂ ਠੀਕ ਕਹਿ ਰਹੇ ਹੋ, ਇਸ਼ੂ ਲਿਫਟਿੰਗ ਹੈਗਾ ਕਿਉਂਕਿ ਲੇਬਰ ਅਸੀਂ ਜਾਣਦੇ ਹਾਂ, ਲੇਬਰ ਸਾਡੀ ਮੈਕਸੀਮਮ ਲੇਬਰ ਲੱਗੀ ਹੋਈ ਹੈ ਸਫਾਈ ਦੇ ਉੱਤੇ, ਲੋਡਿੰਗ ਅਨਲੋਡਿੰਗ ਸਾਨੂੰ ਦੋਨੋਂ ਲੇਬਰ ਦੀ ਲੋੜ ਹੈਗੀ ਹੈ। ਅਸੀਂ ਨਰੇਗਾ ਜਿਹੜੇ ਲੇਬਰ ਵਰਕਰ ਸੀਗੇ ਉਹ ਵੀ 14 ਲੱਖ ਦੇ ਕਰੀਬ ਡਾਟਾ ਸਾਡੇ ਕੋਲ ਸੀਗਾ ਜੋ ਅਸੀਂ ਸ਼ੇਅਰ ਕੀਤਾ ਡੀਸੀ ਸਾਹਿਬਾਨ ਨਾਲ ਕਿ ਜੇ ਤੁਸੀਂ ਲੇਬਰ ਇਹ ਚਾਹੁੰਦੇ ਹੋ ਕੰਮ ਕਰਾ ਸਕਦੇ ਹੋ ਔਰ ਇਹ ਵਲੰਟੀਅਰਲੀ ਕਰ ਸਕਦੇ ਆ ਤਾਂ ਇਹਨਾਂ ਦੀ ਯੂਜ਼ ਕੀਤੀ ਜਾਵੇ, ਕਿਉਂਕਿ ਮੰਡੀਆਂ ਦੇ ਵਿੱਚ ਜਿਹੜੀ ਲੇਬਰ ਹੈ ਇਹ ਸਪੈਸ਼ਲਿਸਟ ਲੇਬਰ ਹੁੰਦੀ ਹੈ, ਕਿਉਂਕਿ ਢੋਆ ਢੋਆਈ ਦਾ ਕੰਮ ਹਰ ਲੇਬਰ ਨਹੀਂ ਕਰ ਸਕਦੀ। ਇਸ ਕਰਕੇ ਇਹ ਲੇਬਰ ਦੇ ਇਸ਼ੂਜ਼ ਹੈਗੇ ਆ। ਲਿਫਟਿੰਗ ਨੋ ਡਾਊਟ ਉਨੀ ਫਾਸਟ ਨਹੀਂ ਜਿੰਨੀ ਸਾਨੂੰ ਚਾਹੀਦੀ ਹੈ, ਕਿਉਂਕਿ ਤੁਸੀਂ ਅਗਰ ਆਮਦ ਦੀ ਗੱਲ ਦੇਖੋਗੇ ਪਿਛਲੇ ਦਿਨੀ ਜਿਹੜੀ ਸਾਡੀ ਆਮਦ ਹੁਣ ਤੱਕ ਦੀ ਹੋਈ ਸੀਗੀ ਪਿਛਲੇ ਸਾਲ ਉਹ 10 ਲੱਖ ਮੀਟ੍ਰਿਕ ਟਨ ਹੋਈ ਸੀ, ਅੱਜ ਅਸੀਂ 24 ਲੱਖ ਮੀਟ੍ਰਿਕ ਟਨ ਤੇ ਬੈਠੇ ਹਾਂ। ਆਲ ਓਵਰ ਸਡਨ ਜਿਹੜੀ ਆਮਦ ਹੈਗੀ ਹੈ ਮੰਡੀਆਂ ਦੇ ਵਿੱਚ ਬਹੁਤ ਆਈ ਹੈ। ਪਰ ਨਮੀ ਨੂੰ ਲੈ ਕੇ ਕਿਸਾਨ ਬੜਾ ਚਿੰਤਤ ਹੈ, ਕਹਿ ਰਿਹਾ ਪਿਛਲੇ ਦਿਨਾਂ 'ਚ ਮੀਂਹ ਪੈਂਦਾ ਰਿਹਾ, 12% ਹੈ, 14% ਕਰ ਦਿੱਤੀ ਜਾਵੇ, ਇਹਦੇ ਬਾਰੇ ਕੋਈ ਵਿਚਾਰ ਹੋ ਰਿਹਾ? ਇਹ ਗਵਰਨਮੈਂਟ ਆਫ ਇੰਡੀਆ ਨਾਲ ਟੇਕਅਪ ਕੀਤਾ ਹੋਇਆ, 2 ਇਸ਼ੂਜ਼ ਗਵਰਨਮੈਂਟ ਆਫ ਇੰਡੀਆ ਨਾਲ ਟੇਕਅਪ ਕੀਤੇ ਹੋਏ, ਇੱਕ ਤਾਂ ਨਮੀ, ਇੱਕ ਸਿਵਲ ਜਿਹੜਾ ਆਪਾਂ ਦਾਣਾ ਕੰਨੇ ਟੁੱਟ ਜਾਂਦਾ ਹੈਗਾ ਉਹ ਵੀ ਆਇਆ, ਕਿਉਂਕਿ ਫਤਿਹਗੜ੍ਹ ਸਾਹਿਬ ਦੇ ਏਰੀਆ ਦੇ ਵਿੱਚ ਔਰ ਪਟਿਆਲੇ ਦੇ ਏਰੀਆ ਦੇ ਵਿੱਚ ਪਿਛਲੇ ਕੱਲ੍ਹ ਟੀਮ ਆਈ ਹੋਈ ਸੀ ਗਵਰਨਮੈਂਟ ਆਫ ਇੰਡੀਆ ਤੋਂ, FCA ਦੀ ਸਪੈਸ਼ਲ ਟੀਮ ਸੀ, ਉਹ ਕੁਝ ਮੰਡੀਆਂ ਦਾ ਦੌਰਾ ਕਰਕੇ ਗਈ ਹੈ, ਕੁਝ ਅੱਜ ਕਰ ਰਹੀ ਹੈ। ਮੇਨ ਮੰਸ਼ਾ ਇਹ ਹੈ ਕਿ ਜਿੱਥੇ ਆਪਾਂ ਫਾਰਮਰ ਨੂੰ ਰਿਲੀਫ ਕਰ ਦੇ ਸਕੀਏ ਉਹ ਰਿਲੀਫ ਦਿੱਤਾ ਜਾਵੇ, ਲੇਕਿਨ ਹਜੇ ਇਹਦਾ ਟੀਮ ਜਦੋਂ ਰਿਪੋਰਟ ਦੇਊਗੀ ਗਵਰਨਮੈਂਟ ਆਫ ਇੰਡੀਆ ਨੂੰ ਜਾ ਕੇ ਉਸ ਤੋਂ ਬਾਅਦ ਜੋ ਉਹ ਤੋਂ ਹਦਾਇਤਾਂ ਆਣਗੀਆਂ ਉੱਦਾਂ ਫਿਰ ਲਾਗੂ ਕਰਾਂਗੇ। ਪਰ ਉਹਦੇ 'ਚ ਵੱਡਾ ਸਵਾਲ ਇਹ ਹੈ ਕਿ 26 ਤਰੀਕ ਨੂੰ ਫਿਰ ਐਕਸਪੈਕਟਡ ਹੈ ਕਿ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਕਿਸਾਨ ਤਾਂ ਪਹਿਲਾਂ ਹੀ, ਕਿਸਾਨ ਦੀ ਤਾਂ ਸਾਰੀ ਜਿਦਾਦ ਕਹਿ ਲਓ ਕਿ ਅਸਮਾਨ ਦੇ ਹੇਠਾਂ ਹਮੇਸ਼ਾ ਰਹਿੰਦੀ ਹੈ, ਦਾਣਾ ਖਰਾਬ ਹੋ ਸਕਦਾ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸੌਖੇ ਤਰੀਕੇ 'ਚ ਕਈ ਵਾਰੀ ਜਿਹੜੇ ਗੈਰ ਕਿਸਾਨੀ ਨਾਲ ਸੰਬੰਧਿਤ ਲੋਕ ਹੈ ਉਹਨਾਂ ਨੂੰ ਸਮਝਾਉਣਾ ਹੋਵੇ ਤਾਂ ਕਲਰ ਥੋੜ੍ਹਾ ਫੇਡ ਹੋ ਜਾਂਦਾ ਹੈ, ਉਹ ਬੜੀ ਦਿੱਕਤ ਆਉਂਦੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਚਿੰਤਾ ਦਾ ਵਿਸ਼ਾ? ਬਿਲਕੁਲ, ਅਗਰ ਮੈਂ ਆਪਣਾ ਪੁਰਾਣਾ ਐਕਸਪੀਰੀਅੰਸ ਸ਼ੇਅਰ ਕਰਾਂ ਤਾਂ 2015 ਦੇ ਵਿੱਚ ਵੀ ਸੇਮ ਸਮੱਸਿਆ ਆਈ ਸੀ, ਉਦੋਂ ਤਾਂ ਮੀਂਹ ਬਹੁਤ ਜ਼ਿਆਦਾ ਪੈ ਗਿਆ ਸੀ ਔਰ ਡਿਸਕਲਰਾਈਜ਼ੇਸ਼ਨ ਹੋਈ ਸੀ ਔਰ ਦਾਣਾ ਟੁੱਟ ਗਿਆ ਸੀਗਾ। ਫਿਰ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਟੀਮ ਭੇਜੀ ਸੀਗੀ ਕਾਫੀ ਰਿਲੈਕਸੇਸ਼ਨਸ ਹੋ ਗਈਆਂ ਸੀਗੀਆਂ, ਅਸੀਂ ਵੀ ਇਹੀ ਗਵਰਨਮੈਂਟ ਆਫ ਇੰਡੀਆ ਤੱਕ ਬੇਨਤੀ ਕੀਤੀ ਹੋਈ ਹੈ ਕਿ ਜੇਕਰ ਫੀਚਰਸ ਆਪਾਂ ਘਟਾ ਦਈਏ ਰਿਕੁਆਇਰਮੈਂਟਸ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਫਾਰਮਰ ਨੇ ਬੜੀ ਮਿਹਨਤ ਕਰਕੇ ਇਹਨੂੰ ਮੰਡੀਆਂ 'ਚ ਲਿਆਂਦਾ ਹੁੰਦਾ ਹੈ, ਉਹਦੀ ਸਾਰੀ ਆਸ ਇਹਦੇ 'ਤੇ ਟਿਕੀ ਹੁੰਦੀ ਹੈ, ਔਰ ਜੇ ਕੁਦਰਤੀ ਕਾਰਨਾਂ ਕਰਕੇ ਡਿਸਕਲਰੇਸ਼ਨ ਹੋ ਗਿਆ ਜਾਂ ਦਾਣਾ ਟੁੱਟ ਗਿਆ ਤਾਂ ਸਾਨੂੰ ਔਰ ਕੁਛ ਹੱਦ ਤੱਕ ਅਲਾਊਡ ਹੁੰਦਾ ਕਿ ਇਹਨੂੰ ਕਿੰਨਾ ਕੁਆਂਟਿਟੀ ਅਸੀਂ ਲੈ ਸਕਦੇ ਹਾਂ। ਮੈਨੂੰ ਲੱਗਦਾ ਅਗਰ ਉਹ ਰਿਲੈਕਸੇਸ਼ਨ ਆ ਜਾਂਦੀ ਹੈ ਤਾਂ ਆਪਣੇ ਕਿਸਾਨ ਵੀਰਾਂ ਦਾ
अच्छा फायदा हो जाएगा और गवर्नमेंट का भी फायदा हो जाएगा। ये नहीं हो सकता सी कि जे आड़तियां दे थ्रू ये प्रोसेस चलाया जाता और ज़्यादा स्मूथ नहीं थोड़ा लगता होना सी जे आड़ती अपने अपने फार्मर नू कॉल करता या उन्हों डे वाइज जे पासेस इशू किए जाते। मेरे ख्याल इसका पहला विचार भी शायद होया नहीं हूँ भी जिहड़ा असी मैं सिर्फ थोड़ा सिस्टम समझा देवां। सिस्टम सीगा कि सिस्टम यह सीगा कि जो असी शुरू किया कोविड का किसी नू पता नहीं सी कोविड ऑल ऑफ अ सडन आ जूगा। डाटा साढ़े कोल सिर्फ आड़तियां दा सीगा जो कि 12,000 आड़ती सीगे। अज साढ़े कोल 30,000 आड़ती ने पंजाब दे विच जिहड़े ऑनलाइन रजिस्टर्ड नहीं हैगे, टैक्स हैवी ना होण करके कह लिए या उन्होंने पता ही नहीं सीगा कि असी लॉगिन किते करके रजिस्ट्रेशन करानी हुंदी है। असी आ पिछले हफ्ते 30,000 बंदे नू 30,000 आड़ती नू लॉगिन आई डी करवा के उन्होंने लॉगिन करवाया हैगा उन्होंने डाटा प्लेटफॉर्म पर लैके आए। फिर साडा 19.5 लाख के करीब फार्मर है जिहड़ा साढ़े नाल सीधा नहीं जुड़िया होया थ्रू आड़ती जुड़िया होया। अज जिहड़े असी पासिस दे रहे हैं असी की सिस्टम ईजाद किया हैगा कि इहदा पुराने साल की प्रोक्योरमेंट देखी किन्ना इहदी आमद आई सीगी, साडे कोल स्पेस अवेलेबिलिटी किन्नी हैगी है उहदा कढ़िया कि अगर असी 20 दिनां नूं डिवाइड करिए 45 दिनां च क्योंकि साडी प्रोक्योरमेंट हुण 45 दिनां चली गई 45 दिनां च पर आड़ती नूं किन्ना टोकन मिलणगे उह फिर आड़ती अपने फार्मर नूं उस हिसाब नाल बुलाउंदा है। जिहड़े आड़ती कोल बिल्कुल आमद घट सीगी असी इह करता मिनीमम एटलीस्ट 5 उहनूं पासिस मिलने चाहीदे है ताकि अगर उह छोटा आड़ती हैगा एटलीस्ट उहनूं अपने फार्मर जुड़े रहन और फार्मर उहदी प्रोड्यूस लिया सके मंडी दे विच। इस करके असी दे आड़ती दे थ्रू ही रहे हैं असी सीधा फार्मर दे थ्रू नहीं। हरियाणा ने जरूर किया हरियाणा सीधा फार्मर नू कर रहा पर उहदे विच कई कमियां ने बिकॉज जदों आपां गल करिए कि साडा 19 लाख फार्मर है किहड़े पिंड विच बैठा है किथे किथे हैगा तो असी उहनू तालमेल नहीं कर सकते। तो आड़ती एक बहुत मजबूत कड़ी है बिटवीन मंडी बोर्ड एंड फार्मर जिहड़ा ये इनफॉर्मेशन फ्लो करता जी। तो इस करके ये टोकन सिस्टम असी यूज़ करना शुरू किया। सोशल डिस्टेंसिंग मेनटेन हो रही है क्योंकि PM सब तो वध स्ट्रेस इस गल ते दिंदे हुंदे आ। जिहड़ा साडा 30x30 फुट का खाना हैगा उहदे विच तुसीं अगर देखोगे ढेरी दे नाल असीं इंश्योर किया कि 6 फुट की दूरी हर बंदे की होनी चाहिए है, मास्क पाया होना चाहिए, असी स्पेशल हैंड्स फ्री वॉशर दिते हैंड वॉशर तुहानूं हाथ लाने की लोड़ नहीं तुसीं पैरों का इस्तेमाल करन नाल उहनूं यूज कर सकते हो। उत्थे सैनिटाइजर अलग दिता पानी हाथ धोण वास्ते सैनिटाइजर आई थिंक उहदे नाल सोशल डिस्टेंसिंग होनी चाहिए। और सानू मैं तुहाडे राहीं इह भी बेनती करना चाहूँगा कि यह सिर्फ सरकार की जिम्मेवारी नहीं हैगी, यह फार्मर की भी उन्नी जिम्मेवारी है, आड़ती की जिम्मेवारी है और सरकार की जिम्मेवारी है कि असी सोशल डिस्टेंसिंग भी रखिए और अपना अपना ध्यान रखिए और अपने आने वाले सामने वाले बंदे का भी ध्यान रखिए जी। एक बड़ा वड्डा सवाल यह भी आया कि लोग नहीं जिस तरह तुसीं कह रहे हो कि जिम्मेदारी फार्मर की बनती है, हाले तक इहो जिहियां बहुत तस्वीरां तां नहीं आईयां पर मिनिस्टर साहब की तस्वीर जरूर आई सी खन्ना की मंडी के जो गए है तो लगता है कि सरकार भी एग्जाम्पल लीड करना चाहिए। नहीं साड़ी ये रिस्पोंसिबिलिटी बनती है कि असी जे जिहड़े जिहड़े साडे रोल मॉडल्स है जिन्होंने असी देखते हैं कि ये साडा रोल मॉडल है सानू इहनू देख के सीख लेनी चाहिए है। सानू सोशल डिस्टेंसिंग आप अगर मेनटेन करांगे तां ही असी किसी नू कह पावांगे, मैनू लगता आपां नू आप मेनटेन करनी चाहिए। थोड़े बारे कहा जाता कि बड़े टैक्स हैवी रहने हो कि IT एक्सपर्ट ने रवि भगत जी हमेशा कह दिंदा कि लेकिन मंडी बोर्ड वाले पास आए हो तो लोग इस गलों भी हैरान होंगे कि इनिया चीज़ों मैनेज कर रहे हो कोवा किमें दिमाग दे विच आई थोड़े। कोवा जिहड़ी स्टार्टिंग पॉइंट सीगा वह कोरियन गवर्नमेंट का सीगा क्योंकि कोरिया वॉज द फर्स्ट कंट्री जिथे इस ऐप नू यूज़ किया गया, फिर चाइना ने यूज़ किया। जो ये सानू पता लगे कि बीमारी सिर्फ उस एरिए दे दायरे च नहीं रहेगी साढ़े कोल आऊगी और असी टैक्नोलॉजी नाल किदां किसी नू हैल्प कर सकते हैं। इसका इनफॉर्मेशन देने का साडा पहला जरिया सी डाटा दिता जाए पहला तो पब्लिक नू की हो रहा पॉजिटिव किन्ने आ नैगेटिव किन्ने आ, उस तो बाद कि अगर मैं जानना चाहवा कि मेरे नाल कौन बंदे खड़े है वो की स्टेटस रखते हैं उहदे बारे भी जानकारी दिती जाए। अज कोवा इन्ना इंबैडिड हैगा ना केवल तुसीं डॉक्टर की सहायता उहदे थ्रू लै सकते हो, तुसी साइकेट्रिस्ट की सहायता वो लै सकते हो, असेंशियल सर्विसिज तुसी ऑनलाइन ऑर्डर करनी वो कर सकते हो, डाटा जिहड़ा ऑथेंटिक गवर्नमेंट का वो लै सकते हो, वो नाल नाल ये भी देख सकते हो जो ट्रैकिंग ट्रेसिंग आज की डेट बहुत जरूरी है वो हो सक वो कोवा के थ्रू हो रही है। अगर मैं जानना चाहवा कि अगर अपने सारे को इतने ऐप डाउनलोडेड है तुहानूं ये इनफॉर्मेशन आनी शुरू हो जाएगी ये बंदा पॉजिटिव है ये बंदा सस्पेक्ट है थोड़ा जिहा डिस्टेंस मेनटेन करके रखो। सैकेंड जे कल नूं अपने विचों ही कोई पॉजिटिव हो जाता रब ना करे तो असी किदे किदे कॉन्टैक्ट में आए वो डाटा सानू दस दूगा जी ये फलाने लास्ट 14 दिनों का कि ये फलाने फलाने बंदे नाल कॉन्टैक्ट आया सी, इहदी स्क्रीनिंग जरूरी है। असी हुण ये भी प्रैपरेशन कर रहे हैं कोवा के थ्रू क्योंकि लॉकडाउन कदे ना कदे खुलेगा कर्फ्यू खत्म होएगा फिर जो लोग बाहर आएंगे वो किदा महसूस करेंगे कि किहड़े बंदे नाल मैं इंटरैक्ट करना, मैप के उत्ते दस्या जाऊगा रैड डॉट्स होणगे जिहड़े दसणगे कि यह बंदा पॉजिटिव है
ਇਹ ਤੋਂ ਇੰਨੀ ਦੂਰੀ ਬਣਾ ਕੇ ਰੱਖਣੀ ਹੈ, ਇਹ ਬੰਦਾ ਸਸਪੈਕਟ ਹੈ, ਇਹਦੇ ਤੋਂ ਇੰਨੀ ਦੂਰੀ ਬਣਾ ਕੇ ਰੱਖਣੀ ਹੈ। ਔਰ ਜੇ ਮੈਂ ਕਿਤੇ ਨਜ਼ਦੀਕ ਜਾਂਦਾ ਤਾਂ ਮੇਰਾ ਅਲਰਟ ਮੇਰੇ ਮੋਬਾਈਲ 'ਤੇ ਆਊਗਾ ਔਰ ਮੈਨੂੰ ਮੋਬਾਈਲ ਮੇਰਾ ਦੱਸੂਗਾ ਕਿ ਇਹ ਬੰਦਾ ਪੋਜ਼ਿਟਿਵ ਦੇ ਤੁਸੀਂ ਨੇੜੇ ਜਾ ਰਹੇ ਹੋ। ਅੱਜ ਵੀ ਅਸੀਂ ਦੱਸ ਰਹੇ ਹਾਂ, ਅੱਜ ਸਿਰਫ ਡਿਮਾਂਡ 'ਤੇ ਹੈ, ਜੇ ਤੁਸੀਂ ਜਾਣਨਾ ਚਾਹੋ ਜਦੋਂ ਲੋਕਡਾਊਨ ਖੁੱਲ ਜੂਗਾ ਆਪਣੇ ਆਪ ਤੁਹਾਡਾ ਮੋਬਾਈਲ ਦੱਸੂਗਾ ਕਿ ਇਹ ਇੰਨੀ ਦੂਰੀ ਹੋਣੀ ਚਾਹੀਦੀ ਕਿਉਂਕਿ ਤੁਸੀਂ ਪੋਜ਼ਿਟਿਵ ਪੇਸ਼ੈਂਟ ਦੇ ਨਜ਼ਦੀਕ ਜਾ ਰਹੇ ਹੋ। ਇੱਕ ਵੱਡਾ ਸਵਾਲ ਸੀ, ਅਕਸਰ ਲੇਬਰ ਜਿਹੜੀ ਹੈ ਮੰਡੀ ਦੇ ਵਿੱਚ ਹੀ ਟੈਂਟ ਲਾ ਕੇ ਉੱਥੇ ਰਹਿੰਦੀ ਸੀ, ਹੁਣ ਵੀ ਇਸ ਤਰ੍ਹਾਂ ਹੋ ਰਿਹਾ ਜਾਂ ਫਿਰ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾ ਰਿਹਾ ਜਿਹੜੀ ਵੀ ਲੇਬਰ ਆ ਰਹੀ ਹੈ? ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਬੰਦੇ ਉੱਥੇ ਰਹਿਣਾ ਚਾਹੁੰਦੇ ਉਹਨਾਂ ਲਈ, ਜਿਹੜੇ ਖਾਸ ਕਰਕੇ ਨਾ ਪਿੰਡਾਂ ਦੇ ਵਿੱਚ ਜਿੱਥੇ ਨਹੀਂ ਜਾ ਸਕਦੇ, ਸ਼ਹਿਰਾਂ ਦੇ ਵਿੱਚ ਤਾਂ ਲੋਕ ਘਰਾਂ 'ਚ ਚਲ ਜਾਂਦੇ ਆ, ਪਿੰਡਾਂ ਦੇ ਵਿੱਚ ਉੱਥੇ ਸ਼ੈਡਸ ਦੇ ਅੰਦਰ ਉਹਨਾਂ ਦਾ ਇੰਤਜ਼ਾਮ ਕੀਤਾ ਜਾਵੇ ਕਿ ਉੱਥੇ ਰਹਿਣ। ਪਰ ਜਿਹੜੇ ਅਫਕੋਰਸ ਅਰਬਨ ਵਾਲੇ ਬੰਦੇ ਆ ਉਹ ਉੱਥੇ ਨਹੀਂ ਰਹਿੰਦੇ, ਉਹ ਆਪਣੇ ਘਰਾਂ ਵਿੱਚ ਚਲ ਜਾਂਦੇ ਆ, ਤਾਂ ਉਹ ਆਈ ਥਿੰਕ ਬੈਟਰ ਹੈ ਜੀ ਜੇ ਘਰਾਂ ਚਲ ਜਾਂਦੇ, ਉਹਦੇ ਨਾਲ ਸੋਸ਼ਲ ਡਿਸਟੈਂਸਿੰਗ ਥੋੜ੍ਹੀ ਅੱਛੀ ਹੋ ਜਾਂਦੀ। ਸ਼ੈਡਸ ਹਮੇਸ਼ਾ ਹੀ ਘਾਟ ਹੈ, ਹਰ ਸਾਲ ਹੀ ਅਸੀਂ ਇਹ ਖਬਰਾਂ ਪਤਾ ਨਹੀਂ ਕਿੰਨੇ ਸਾਲ ਤੋਂ ਹਰ ਸਾਲ ਇਹ ਖਬਰ ਕਰਦੇ ਆਉਂਦੇ ਹਾਂ, ਸ਼ੈਡਸ ਨਹੀਂ ਹੈ, ਖੁੱਲ੍ਹੇ 'ਚ ਰੱਖਣਾ ਪੈਂਦਾ, ਮੀਂਹ ਪੈ ਜਾਂਦਾ, ਹਮੇਸ਼ਾ ਹਰ ਸਾਲ ਦੀ ਪ੍ਰੋਬਲਮ ਹੈ। ਥੋੜ੍ਹਾ ਬਹੁਤ ਇਹਦੇ ਵੱਲ ਥੋੜ੍ਹਾ ਬਹੁਤ ਸੋਚ ਰਹੀ ਹੈ ਸਰਕਾਰ ਕਿ ਨਹੀਂ ਸੋਚ ਰਹੀ? ਸ਼ੈਡਸ ਦਾ ਅਸੀਂ ਬਣਾਇਆ ਸੀਗਾ ਕਿਉਂਕਿ ਸਾਡੇ ਕੋਲ ਸਾਰੀ ਏਜੰਸੀਜ਼ ਦੀ ਡਿਮਾਂਡ ਆਈ ਸੀ। ਅਸੀਂ ਕੋਵਿਡ ਤੋਂ ਪਹਿਲਾਂ ਇਹ ਪਲੈਨਿੰਗ ਕਰ ਰਹੇ ਸੀਗੇ ਕਿ ਸਾਡੀ ਕਿੰਨੀ ਸ਼ੈਡ ਮਿਨੀਮਮ ਹੋਣੀ ਚਾਹੀਦੀ ਹੈ ਤਾਂ ਕਿ ਜੇ ਕੱਲ੍ਹ ਨੂੰ ਕੋਈ ਅਨਨੈਚੁਰਲ ਚੀਜ਼ਾਂ ਹੋ ਜਾਂਦੀਆਂ ਅਤੇ ਸਾਨੂੰ ਸ਼ੈੱਡ ਵਿੱਚ ਰੱਖਣੀ ਪਵੇ ਆਪਣੀ ਆਮਦ ਨੂੰ, ਤਾਂ ਆਪਾਂ ਕਿੱਦਾਂ ਬਚਾ ਰੱਖ ਸਕਦੇ ਹਾਂ? ਉਹ ਅਸੀਂ ਐਕਸਰਸਾਈਜ਼ ਕੀਤੀ ਹੋਈ ਹੈ, ਇੱਕ ਵਾਰੀ ਕੋਵਿਡ ਖਤਮ ਹੋ ਜਾਏ ਤਾਂ ਮੈਨੂੰ ਲੱਗਦਾ ਉਹਨੂੰ ਅਮਲੀ ਜਾਮਾ ਜ਼ਰੂਰ ਪਾਵਾਂਗੇ। ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਬਿਲਕੁਲ ਤੰਦਰੁਸਤ ਔਰ ਸਿਹਤਯਾਬ ਰਹੋ। ਥੈਂਕ ਯੂ। ਸੋ ਪੰਜਾਬ ਦੀਆਂ ਮੰਡੀਆਂ 'ਚ ਸਰਕਾਰ ਕਹਿ ਰਹੀ ਹੈ ਕਿ ਬਿਲਕੁਲ ਸਭ ਕੁਝ ਠੀਕ ਠਾਕ ਹੈ ਔਰ ਪਿਛਲੇ ਸਾਲ ਨਾਲੋਂ ਤਕਰੀਬਨ ਦੁੱਗਣੀ ਆਮਦ ਹੁਣ ਤੱਕ ਮੰਡੀਆਂ ਦੇ ਵਿੱਚ ਹੋਈ ਹੈ ਔਰ ਲਿਫਟਿੰਗ ਦੀ ਥੋੜ੍ਹੀ ਬਹੁਤ ਸਮੱਸਿਆ ਆ ਰਹੀ ਹੈ, ਪਰ ਦਾਅਵਾ ਹੈ ਕਿ ਸਭ ਕੁਝ ਸਮੂਥ ਚੱਲ ਰਿਹਾ ਔਰ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਸਮੂਥ ਰਹੂਗਾ। ਤੁਹਾਡੀ ਪਾਈ ਪਾਈ ਦਾ ਦਾਣੇ ਦਾਣੇ ਦਾ ਜਿਹੜਾ ਤੁਹਾਡਾ ਹਿਸਾਬ ਹੈ ਉਹ ਤੁਹਾਡੇ ਖਾਤਿਆਂ ਦੇ ਵਿੱਚ ਤੁਹਾਡੇ ਹੱਥਾਂ ਦੇ ਵਿੱਚ ਪਹੁੰਚਦਾ ਲਾਜ਼ਮੀ ਕੀਤਾ ਜਾਊਗਾ। ਕੈਮਰਾ ਪਰਸਨ ਪਰਵਿੰਦਰ ਸਿੰਘ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ ਲੁਧਿਆਣਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।